ਨਾਮ ਰਿਪੂਦ ਅਮਨ ਸਿੰਘ ਗਿੱਲ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਵੀ ਆਪਣੇ ਪ੍ਰੋਟੈਸਟ ਚੱਲ ਰਿਹਾ ਇੰਡੀਆ ਦੇ ਵਿੱਚ ਤੇ ਅਸੀਂ ਆਪਣੇ ਉੱਥੋਂ ਵਾਲੇ ਵੀਰਾਂ ਨੂੰ ਸਿਰਫ ਇਹ ਸ਼ੋਅ ਕਰਨ ਲਈ ਆਏ ਹਾਂ ਵੀ ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਆਪਣੇ ਆਪ ਨੂੰ ਇਕੱਲਾ ਨਾ ਸਮਝੋ, ਅਸੀਂ ਤੁਹਾਡੇ ਨਾਲ ਹਾਂ। ਬਾਹਰ ਰਹਿ ਕੇ ਵੀ ਤੁਹਾਡੀ ਸਪੋਰਟ ਕਰਾਂਗੇ, ਜੇ ਲੋੜ ਪਈ ਤਾਂ ਅਸੀਂ ਇੰਡੀਆ ਆ ਕੇ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਮੈਂ ਬਿੱਟੂ ਬਾਜਵਾ। ਭਾਜੀ ਅਸੀਂ ਵੀ ਸਾਰੇ ਉਹੀ ਮੁੱਦੇ ਤੇ ਸਾਰੇ ਜਣੇ ਬੋਲ ਰਹੇ ਹਾਂ ਕਿ ਅਸੀਂ ਸਾਰੇ ਜਣੇ ਪੰਜਾਬ ਨੂੰ ਸਪੋਰਟ ਕਰਦੇ ਹਾਂ ਤੇ ਪੰਜਾਬ ਫਾਰਮਰ ਦੇ ਨਾਲ ਆ। ਇਹ ਸਿਰਫ ਇੱਥੇ ਇੱਕ ਅੜਾਇਆ ਜਾ ਰਿਹਾ ਕਿ ਹਰਿਆਣਾ ਆਡੇ ਪੰਜਾਬ ਆਡੇ ਸਾਰੇ ਜਣੇ ਉੱਥੋਂ ਪਤਾ ਵੀ ਲੱਗ ਰਿਹਾ ਕਿ ਪੰਜਾਬ ਤੇ ਹਰਿਆਣਾ ਤੇ ਹਰਿਆਣੇ ਵਾਲੇ ਖਾਸ ਕਰਕੇ ਨਾਲ ਸਾਥ ਦੇ ਰਹੇ ਨੇ। ਮੈਂ ਯੂਪੀ ਤੋਂ ਹਾਂ, ਯੂਪੀ ਵਾਲੇ ਵੀ ਫਾਰਮਰ ਅੱਜ ਮੈਨੂੰ ਪਤਾ ਲੱਗਾ ਸਾਰੇ ਸਾਡੇ ਉੱਥੋਂ ਟਰਾਲੀਆਂ ਲੈ ਕੇ ਤੁਰੇ ਹੋਏ ਨੇ। ਪੰਜਾਬ ਵਾਲਾ ਸਾਡੇ ਫਾਰਮਰ ਤੁਹਾਡੇ ਲੈ ਕੇ ਤਾਏ ਦੇ ਮੁੰਡੇ ਸਾਡੇ ਚਾਚੇ ਤਾਏ ਸਾਰੇ ਤੁਰੇ ਹੋਏ ਨੇ, ਪਹੁੰਚੇ ਹੋਏ ਨੇ ਉੱਥੇ ਤੇ ਉੱਥੋਂ ਦੇ ਖਬਰ ਵੀ ਦਿੰਦੇ ਨੇ ਕਿ ਇਦਾਂ ਦੀ ਕੋਈ ਗੱਲ ਨਹੀਂ ਗੀ ਕਿ ਕੋਈ ਅੱਡ ਅੱਡ ਨੇ। ਸਾਰੇ ਜਣੇ ਮਿਲ ਕੇ ਤੇ ਆਪਾਂ ਸਾਰਿਆਂ ਨੇ ਸਪੋਰਟ ਕਰਨੀ ਹੈ। ਬਾਕੀ ਬੱਚੇ ਸੀ ਬਾਹਰੋਂ ਅਸੀਂ ਸਾਰੇ ਜਣੇ ਇੱਕ ਹੋ ਕੇ ਅਸੀਂ ਸਟਾਰਟ ਕਰਤੀ ਹੈ ਸਪੋਰਟ ਤੇ ਅਸੀਂ ਜੇ ਕੋਈ ਵੀ ਚੀਜ਼ ਦੀ ਲੋੜ ਪਏਗੀ ਤੇ ਅਸੀਂ ਉਹਨਾਂ ਦੇ ਨਾਲ ਹਾਂ। ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ 'ਚੋਂ ਅੱਜ ਅਸੀਂ ਇੱਕ ਉਪਰਾਲਾ ਕਰਿਆ ਸੀਗਾ ਵੀ ਅਸੀਂ ਪੰਜਾਬ 'ਚ ਬੈਠੇ ਆਪਣੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਨੂੰ ਇੱਕ ਸੁਨੇਹਾ ਭੇਜਣਾ ਵੀ ਅਸੀਂ ਤੁਹਾਡੇ ਨਾਲ ਹਾਂ। ਅਸੀਂ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਦੇ ਥੱਲੇ ਹਾਂ। ਜਿੰਨੇ ਵੀ ਸੰਸਥਾਵਾਂ ਇਸ ਟਾਈਮ ਪੰਜਾਬ ਦੇ ਹਿੱਤਾਂ ਲਈ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰੀ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀ ਸਮਾਜ ਸੇਵੀ ਜਾਂ ਫਿਲਮ ਸਟਾਰ ਜਾਂ ਉੱਦਾਂ ਆਪਣੇ ਸੋਸ਼ਲ ਮੀਡੀਆ ਕਨਵੈਂਸਰ ਜਾਂ ਪੋਲੀਟੀਸ਼ੀਅਨਸ ਨੇ ਉਹ ਜਿਹੜੇ ਇਸ ਚੀਜ਼ 'ਚ ਜੁਟੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਮੋਰਚੇ ਨੂੰ ਸਟਰੋਂਗ ਰੱਖੋ, ਪੂਰੇ ਵਿਸ਼ਵ ਭਰ ਦੇ ਸਿੱਖ ਪੰਜਾਬੀ ਤੁਹਾਡੇ ਨਾਲ ਨੇ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਜੀ ਮੇਰਾ ਨਾਮ ਹੈ ਕੌਂਸਲਰ ਮਨਿੰਦਰ ਸਿੰਘ, ਬਲੈਕਟਨ ਸਿਟੀ ਕੌਂਸਲ ਤੋਂ। ਅੱਜ ਅਸੀਂ ਇਕੱਠੇ ਹੋਏ ਹਾਂ ਸਿਡਨੀ ਦੇ ਵਿੱਚ ਗਲੈਨਵੁੱਡ ਵਿੱਚ ਸਾਰੇ ਕਮਿਊਨਿਟੀ ਔਰ ਜੋ ਇੰਡੀਅਨ ਫਾਰਮਰਸ ਦਾ ਪ੍ਰੋਟੈਸਟ ਚੱਲ ਰਿਹਾ ਉਹਦੇ ਨਾਲ ਸੋਲੀਡੈਰਿਟੀ ਸ਼ੋਅ ਕਰਨ ਲਈ ਅਸੀਂ ਅਪੀਲ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਇਹਨਾਂ ਦੇ ਮਸਲੇ ਨੂੰ ਪ੍ਰਾਇਓਰਟੀ ਉੱਤੇ ਜਿਹੜਾ ਹੱਲ ਕੀਤਾ ਜਾਵੇ ਔਰ ਜੋ ਵੀ ਇੱਥੇ ਵਰਦੋ ਕਮਿਊਨਿਟੀ ਵੱਲੋਂ ਕਾਲ ਆਏਗੀ ਅੱਗੇ ਜੇ ਕੋਈ ਪ੍ਰੋਟੈਸਟ ਕਰਨਾ ਜਾਂ ਜੋ ਵੀ ਇਹਨਾਂ ਦੀ ਐਕਸ਼ਨ ਹੋਏਗਾ ਸਾਰੇ ਉਹਦੇ ਨਾਲ ਨੇ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹਨਾਂ ਦਾ ਖਿਆਲ ਰੱਖਦੇ ਹੋਏ ਅਸੀਂ ਪੀਸਫੁਲ ਪ੍ਰੋਟੈਸਟ ਜਿਹੜਾ ਜਾਰੀ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Contacted by many people in our community concerned with the growing escalation of tensions between Punjabi farmers and the Indian government in recent days. Thousands of small-scale farmers have walked onto the capital city of New Delhi to protest new laws saying that they allow corporations to use valuable land to buy crops at reduced prices. There have been awful scenes of clashes between farmers and police with tear gas, water cannons and riot police called in to quell the protests over a passage of legislation which many farmers see as unfairly reducing their income. This issue is not unique to India. Here in Australia, family farming businesses have been preyed upon by corporate farming enterprises and many families have been forced off the land. Recent studies show about 28 people who depend on farming in India die by suicide every day because of the growing debt, poor harvests and drought. Deputy Speaker, we believe the right to peaceful protest is fundamental in any democracy and I join with many in our communities who are very disturbed by the treatment of the Punjabi farmers in India and those who fear for their safety while peacefully protesting. On behalf of the many worried family members in our electorate of McEwen, I urge the Indian government to show restraint and compassion when dealing with protesters. We know right across the world that the best way to get a solution to a situation is through dialogue. Dialogue is always better than violence, and I hope that these calls are heard.